ਹੱਥ ਦੇ ਉੱਤੇ ਇੱਟ ਨੂੰ ਕਮਾ ਲੈਂਦੇ ਐ ਬੋਤਲ ਦੇ ਵਿੱਚ ਢੱਕਾ ਵਸਾ ਕੇ ਇਹ ਵੀ ਸ਼ਰਤ ਦਿੰਦੇ ਐ ਕਿ ਜੇਕਰ ਕੋਈ ਉਹ ਢੱਕਾ ਬੋਤਲ ਦੇ ਵਿੱਚੋਂ ਪੱਟ ਸਕਦਾ ਤਾਂ ਮੈਂ ਉਸ ਨੂੰ ਉਹਦਾ ਪਣਦਾ ਇਨਾਮ ਵੀ ਦਊਗਾ। ਆਪ ਕੋਈ ਕਹਿੰਦਾ ਕੁਝ ਲੱਗਿਆ ਹੁੰਦਾ ਹੱਥੇ ਤੁਹਾਡੇ ਸਾਹਮਣੇ ਹੱਥੇ ਕੁਝ ਨਹੀਂ ਲੱਗਾ। ਬਹੁਤ ਫੋਨ ਆਉਂਦੇ ਵੀ ਤੂੰ ਬੋਤਲ 'ਚ ਕੁਝ ਪਾਉਣੇ ਆ ਰੂੜੇ ਤੇ ਭੈਵੀ ਕੋਕਲੋਨੇ ਆ ਦੇਖ ਲੋ ਰੂੜੇ ਦਾ। ਦਾਲਾ ਪੈ ਰਹੇ ਕਿਉਂ ਜਾਗਦੇ ਜੇ ਟਰੈਕਟਰ ਦਾ ਰੂਜ ਨਾ ਪਾਲਿਆ ਬਈ ਬੋਤਲ ਫੁੱਟ ਜੀ ਰੱਕਾ ਨਹੀਂ ਪਟਿਆ ਛੋਟੇ ਸਾਹਮਣੇ ਟੀਰੀ ਕਰ ਦੇਣਾ ਰੇਤਾ ਸਾਰਾ ਜੇ ਕੁਝ ਵੀ ਨਿਕਲਿਆ ਆ ਖੜੇ ਨੇ ਮੂਤ ਪਾ ਕੇ ਦਾੜੀ ਮਨਾ ਕੋ ਕਿੰਨਾ ਜੋਰ ਲਾਇਆ ਅਸੀਂ ਗੁਰੂਗ੍ਰਾਮ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਆ ਵੀ ਇਹ ਬੰਦਾ ਕੋਈ ਇਹਦਾ ਤਿਆਰਬਾ ਨਹੀਂ ਕਰਦਾ ਵੀ ਜਾਂ ਫੈਬੀ ਕੁੱਕ ਪਾਉਂਦਾ ਹੋਵੇ ਇਹ ਹੱਥ ਦੀ ਸਪਾਈ ਆ ਜਾਂ ਬੋਤਲ 'ਚ ਥੱਲੇ ਕੋਈ ਚੀਜ਼ ਪਾਉਂਦਾ ਹੋਵੇ ਜਾਂ ਥੱਲੇ ਉਹ ਬੜਾ ਮੋਟਾ ਢੱਕਾ ਹੋਵੇ ਉੱਤੋਂ ਫ੍ਰੀਕ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖ਼ਬਰੀ ਡਾਕੀਆ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾ ਭੈਣੀ ਜੱਸਾ ਪਿੰਡ ਦਾ ਇੱਕ ਬਾਈ ਬਹੁਤ ਮਸ਼ਹੂਰ ਹੁੰਦਾ ਹੈ ਵਾਇਰਲ ਹੁੰਦਾ ਹੈ ਤੇ ਉਹਦੇ ਵਿੱਚ ਕਾਫੀ ਸਾਰੇ ਤਜਰਬੇ ਉਹ ਕਰਕੇ ਦਿਖਾਉਂਦਾ ਚਮਤਕਾਰ ਹੀ ਕਹਾਂਗੇ ਅਸੀਂ ਉਹ ਕਰਕੇ ਦਿਖਾਉਂਦਾ ਹੈ ਤੇ ਅੱਜ ਅਸੀਂ ਉਹਨਾਂ ਕੋਲੇ ਪਹੁੰਚੇ ਹਾਂ ਕਿ ਉਹ ਇਹ ਤਜਰਬੇ ਉਹ ਇਹ ਚਮਤਕਾਰ ਸਾਰਾ ਕਿਵੇਂ ਕਰਦੇ ਆ ਹੱਥ ਦੇ ਉੱਤੇ ਇੱਟ ਨੂੰ ਕਮਾ ਲੈਂਦੇ ਆ ਬੋਤਲ ਦੇ ਵਿੱਚ ਡੱਕਾ ਫਸਾ ਕੇ ਇਹ ਵੀ ਸ਼ਰਤ ਦਿੰਦੇ ਆ ਕਿ ਜੇਕਰ ਕੋਈ ਉਹ ਡੱਕਾ ਬੋਤਲ ਦੇ ਵਿੱਚੋਂ ਪੱਟ ਸਕਦਾ ਤਾਂ ਮੈਂ ਉਸ ਨੂੰ ਉਹਦਾ ਬਣਦਾ ਇਨਾਮ ਵੀ ਦਵਾਂਗਾ ਮੇਰੇ ਨਾਲ ਮੌਜੂਦ ਨੇ ਭੋਲਾ ਸਿੰਘ ਸੁਪੁੱਤਰ ਦਲਬਾਰਾ ਸਿੰਘ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਖਬਰੀ ਡਾਕੀਆ ਤੇ ਵੀਡੀਓ ਤੁਹਾਡੀ ਦੇਖੀ ਬਹੁਤ ਲੋਕਾਂ ਨੇ ਪਸੰਦ ਕਰੀ ਬਹੁਤ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਹਾਂ ਜੀ ਆ ਮੈਂ ਰੋੜੇ ਦਾ ਪਰੈਕਟ ਕਰ ਰਿਹਾ ਹਾਂ ਦਿਗਣ ਹੀ ਮੈਂ ਦਿੰਦਾ ਦੋ-ਤਿੰਨ ਮਿੰਟ ਤੇ ਉਦੋਂ ਬਾਅਦ ਬੋਤਲ ਤੇ ਡੱਕਾ ਪਾਉਂਗਾ ਰੇਤਾ ਪਾ ਕੇ ਉਹ ਨਹੀਂ ਪੜ ਸਕਦਾ ਕੋਈ ਹਾਂਜੀ ਦਿਖਾਓ ਇੱਕ ਵਾਰ ਕਰ ਆ ਲਓ ਜੀ ਰੋੜੇ ਦਾ ਆ ਦੇਖ ਲਓ ਮੇਰਾ ਹੱਥ ਸਿੱਧਾ ਆ ਕੋਈ ਕਹਿੰਦਾ ਕੁਝ ਲੱਗਿਆ ਹੁੰਦਾ ਹੱਥ ਤੇ ਤੁਹਾਡੇ ਸਾਹਮਣੇ ਹੱਥ ਤੇ ਕੁਝ ਨਹੀਂ ਲੱਗਾ ਬਹੁਤ ਫੋਨ ਆਉਂਦੇ ਵੀ ਤੂੰ ਬੋਤਲ 'ਚ ਕੁਝ ਪਾ ਲੈ ਆ ਰੂੜੇ ਤੇ ਪੈ ਵੀ ਕੁਕਲੋਂ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਕਾ ਮੇ ਜਿਨੇ ਵੀਰਾ ਆ ਮੇਰਾ ਹੱਥ ਵੀ ਦੇਖ ਸਕਦੇ ਹੋ ਮਾਈ ਲਿਖ ਐਤੀ ਨਾ ਕੋ ਖਿਆਲ ਰੱਖ ਹਾਂ ਇਸ ਦਾ ਪ੍ਰੋਜੈਕਟ ਆ ਮੇਰਾ ਜਿਹੜਾ ਕਰ ਸਕਦਾ ਕੋਈ ਮੁੰਡਾ ਕਰ ਲੇ ਮਸ਼ੂਰੀ ਹੈ ਲਓ ਜੀ ਕੀ ਬਾਤ ਹੈ ਕੀ ਬਾਤ ਤੇ ਬਈ ਇਹ ਗੁਰ ਕਿੱਥੋਂ ਲਿਆ ਤੁਸੀਂ ਸਾਰਾ ਇਹ ਇਹ ਤਾਂ ਗੁਰ ਵੀਰੇ ਜਦੋਂ ਜੱਤੌਲਾ ਫੈਕਟਰੀ ਦੀ ਨਿਉਂ ਪੱਟੀ ਗਈ ਹੈ ਉਦੋਂ ਦਾ ਗੁਰ ਮੈਂ ਆਪ ਹੀ ਕੀਤਾ ਨਹੀਂ ਕੋ ਖਾਸ ਬੰਦੇ ਨੇ ਮਿਲੇ ਸੀ ਜਿਹੜਾ ਪਹਿਲਾਂ ਇਹ ਕੁਛ ਕਰਦਾ ਸੀ ਜਾਂ ਆਪਣੇ ਆਪ ਹੀ ਕਰਨ ਲੱਗ ਪਏ ਬੰਦਾ ਕੋਈ ਮਿਲਿਆ ਸੀ ਅਕਲੀਏ ਤੋਂ ਮੇਰੇ ਦਾ ਮੁੰਡਾ ਉਹ ਕਰਦਾ ਸੀ ਉਹ ਕਰਦਾ ਸੀਗਾ ਉਹ ਓਲੇ ਜਾ ਕੇ ਕਰਦਾ ਹੁੰਦਾ ਸੀ ਉਹਨੇ ਦੱਸ ਦੇਣ ਓਲੇ ਜਾ ਕੇ ਕੀਤਾ ਮਖੇ 10 ਬੰਦਿਆਂ ਚੋਂ ਆਪਣੇ ਚੋਂ ਕਿਉਂ ਜਾਂਦਾ ਉਹ ਦੁਕਾਨ ਚ ਦੀਆਂ ਬੋਤਲਾਂ ਚ ਆਮ ਸ਼ਰਾਬ ਆਉਂਦੀ ਹੁੰਦੀ ਉਹ ਬੋਤਲ ਲੈ ਜਾਂਦਾ ਡੱਕਾ ਲੈ ਜਾਂਦਾ ਇੱਕ ਘਰ ਉੜਾ ਲੈ ਜਾਂਦਾ ਟਰੱਕ ਦੇ ਓਲੇ ਵਗ ਜਾਂਦਾ ਹੁੰਦਾ ਤੇ ਮੈਂ ਉਹ ਮੁੰਡੇ ਨਾਲ ਦਿਨ ਕਿਹਾ ਮਖੇ ਜਰਾ ਇਹ ਬੰਦਾ ਟਰੱਕ ਦੇ ਓਲੇ ਜਾਂਦੇ ਕੀ ਕਾਰਨ ਹੈ ਕਈ ਨਰਸੀ ਤੇ ਅਸੀਂ ਤਾਂ ਮਾਂ ਕਰ ਜਾਂਦੀ ਨਹੀਂ ਮਹਾ ਵੀ ਮੈਂ ਜਾਂਦਾ ਗੋਲੀ ਤਾਂ ਨਹੀਂ ਮਾਰਦਾ ਸੀ ਬੰਦਾ ਮੈਂ ਮੈਂ ਟਰੱਕ ਦੇ ਥੱਲੇ ਦੀ ਵੜ ਕੇ ਵੀਰੇ ਟਾਇਰਾਂ ਦੇ ਜੋੜੇ ਦੇ ਨਾਲ ਲੱਗ ਕੇ ਬਹਿ ਗਿਆ ਕੱਲਾ ਹੀ ਗੱਲ ਕੱਢ ਲਿਆ ਉਹਨੇ ਕਰੀਂਗਾ ਇਹ ਕੰਮ ਮੈਂ ਜਮਾ ਸਾਹਮਣੇ ਮੌਜੂਦ ਹੋਗਾ ਮੈਨੂੰ ਕਹਿੰਦਾ ਭੋਲੇ ਯਾਰ ਬਹੁਤ ਕੰਮ ਗਲਤ ਕਰ ਲਿਆ ਤੇ ਮੈਂ ਕੁਛ ਕਰ ਜੇ ਨਾ ਕਰ ਮੈਥੋਂ ਪੈਸੇ ਲੈ ਲੈ ਪਰ ਮੈਨੂੰ ਹੁਣ ਉਹ ਗੁਰਦੇ ਉਹਨੇ ਗੁਰਦੇਤਾ ਉਹ ਪਰ ਵਿਚਾਰਾ ਆਪ ਚੱਲਿਆ ਗਿਆ ਸੰਸਾਰ ਤੋਂ ਇਹ ਗੁਰ ਹੁਣ ਉਹਦਾ ਮੇਰੇ ਕੋਲੇ ਉਹ ਜ਼ਮ ਮੋਬਾਈਲ ਵੀ ਚੱਲੇ ਸੀ ਛੋਟਾ ਮੋਬਾਈਲ ਵੀ ਨਹੀਂ ਸੀ ਚੱਲਿਆ ਸੀ ਟੱਚ ਵੀ ਨਹੀਂ ਸੀ ਚੱਲਿਆ ਜਿਹਨਾਂ ਦਾ ਮੇਰਾ ਗੁਰ ਚੱਲਦਾ ਨਹੀਂ ਬੋਤਲ 'ਚ ਡੱਕੇ ਪਸਾਉਣ ਵਾਲਾ ਉਹ ਗੁਰ ਕਿੱਥੋਂ ਲਿਆ ਉਹ ਵੀ ਉਹੀ ਬੰਦੇ ਤੋਂ ਲਿਆ ਉਸੇ ਤੋਂ ਉਸੇ ਬੰਦੇ ਤੋਂ ਹਾਂਜੀ ਉਸੇ ਬੰਦੇ ਤੋਂ ਉਹ ਗੁਰ ਲਿਆ ਤੇ ਉਹ ਤਜਰਬਾ ਕਰਕੇ ਦਿਖਾਉਂਗੀ ਥੋੜਾ ਜਿਹਾ ਉਹ ਦਿਖਾਉਂ ਤਜਰਬਾ ਕਰਕੇ ਮੈਂ ਵੀ ਖੜਨਾ ਪਊਂ ਜਿਉਂ ਪਰਦੇ 'ਚ ਜਾ ਜਾ ਠੀਕ ਡੱਕਾ ਤੁਹਾਡੇ ਸਾਹਮਣੇ ਲਿਆ ਦਊਗਾ ਠੀਕ ਹੈ ਸੋ ਇਹ ਬਾਈ ਹੋਰੀ ਨੇ ਭੋਲਾ ਸਿੰਘ ਜਿਹੜੇ ਵੱਖਰੇ ਵੱਖਰੇ ਤਜਰਬੇ ਕਰਦੇ ਆ ਦਿਖਾਵਾਂਗੇ ਕਿ ਬੋਤਲ ਦੇ ਵਿੱਚ ਇੱਕ ਡੱਕਾ ਫਸਾਇਆ ਜਾਊਗਾ ਡੱਕੇ ਦੀ ਬਾਈ ਹੋਰੀ ਸ਼ਰਤ ਦਿੰਦੇ ਆ ਕਿ ਕੋਈ ਉਹ ਬੋਤਲ ਚੋਂ ਡੱਕਾ ਨਹੀਂ ਕੱਢ ਸਕਦਾ ਤੇ ਦੇਖ ਸਕਦੇ ਆ ਹੁਣ ਦੇਖਣਾ ਇਹ ਹੋਊਗਾ ਤਜਰਬਾ ਦੇਖਣਾ ਹੋਊਗਾ ਕਿ ਬੋਤਲ ਚੋਂ ਡੱਕਾ ਅਸੀਂ ਪੱਟ ਸਕਾਂਗੇ ਜਾਂ ਨਹੀਂ ਬਣੇ ਰਹੋ ਸਾਡੇ ਨਾਲ ਸੋ ਜਿਵੇਂ ਆਖਿਆ ਸੀ ਕਿ ਬਾਈ ਹੋਰਾਂ ਕੋਲੇ ਬੋਤਲ ਐ ਬੋਤਲ ਦੇ ਵਿੱਚ ਇੱਕ ਡੱਕਾ ਹੋਊਗਾ ਤੇ ਉਹ ਡੱਕਾ ਕੋਈ ਵੀ ਨਹੀਂ ਪੱਟ ਸਕਦਾ ਤੇ ਉਹ ਬੋਤਲ ਐ ਤੇ ਦੇਖ ਸਕਦੇ ਹੋ ਕਿ ਬੋਤਲ ਦੇ ਵਿੱਚ ਸਿਰਫ ਔਰ ਸਿਰਫ ਰੇਤ ਐ ਨਿਕਲ ਰਿਹਾ ਰਹਿਤਾ ਥੋੜਾ ਥੋੜਾ ਹਨਾ ਤੇ ਹੁਣ ਤਜਰਬਾ ਦੇਖਦੇ ਆਂ ਬਾਈ 1 ਮਿੰਟ ਆ ਫੜਿਓ ਪਟੋ ਜੀ ਪੈਰਾਂ ਚ ਲੈ ਲੋ ਬੋਤਲ ਬਸ ਟੇਡਾ ਨਾ ਡੱਕਾ ਕਰੇ ਟੁੱਟਣ ਤੋਂ ਸਿੱਧਾ ਜਿਵੇਂ ਮਰਜ਼ੀ ਕੀਤੀ ਜਾਵੇ ਜੇ ਕੋਈ ਤੁਹਾਨੂੰ ਸ਼ੱਕ ਹੈ ਬੋਤਲ ਸਾਰੀ ਖਾਲੀ ਕਰ ਦੂੰਗਾ ਕੁਝ ਵਿੱਚੋਂ ਨਿਕਲਿਆ ਵੀ ਫੇਰ ਮੈਂ ਛੱਡ ਦੂੰਗਾ ਸੋ ਦੇਖ ਸਕਦੇ ਹੋ ਕਿ ਸਿਰਫ ਔਰ ਸਿਰਫ ਬੋਤਲ ਦੇ ਵਿੱਚ ਰੇਤ ਹੈ ਤੇ ਰੇਤੇ ਤੋਂ ਇਲਾਵਾ ਹੋਰ ਕੁਛ ਨਹੀਂ ਬਾਈ ਤੁਸੀਂ ਪੱਟ ਕੇ ਦਿਖਾਓ ਇਹ ਕਮੈਂਟ ਟੱਕਾ ਪੱਟ ਸਕਦੇ ਹੋ ਕਿ ਨਹੀਂ ਨਹੀਂ ਪੱਟਿਆ ਜਾਂਦਾ ਜੇ ਚਾਲੇ ਪਏ ਰਹਾਂ ਕਿਉਂ ਜਾਕਦੇ ਆਂ ਜੇ ਟਰੈਕਟਰ ਦਾ ਰੋਚਨ ਪਾ ਲਿਆ ਬਾਈ ਬੋਤਲ ਫੁੱਟ ਜੀ ਡੱਕਾ ਨਹੀਂ ਪੱਟਿਆ ਜਾਂਦਾ ਤੇ ਬਾਈ ਆ ਜਾਓ ਕਮੈਂਟ ਤੇ ਭਾਈ ਜਦੋਂ ਇਹ ਵੀਡੀਓ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤਾਂ ਲੋਕ ਕੀ ਕੀ ਕਹਿੰਦੇ ਆ ਕਿ ਬੋਤਲ ਦੇ ਵਿੱਚ ਇਹ ਕੁਝ ਹੋ ਸਕਦਾ ਹੁਣ ਲੋਕ ਵੀ ਵੀਡੀਓ ਦੇਖ ਰਿਹਾ ਉਹ ਇਹ ਕਹਿਣਗੇ ਕਿ ਇਹਦੇ ਵਿੱਚ ਕੋਈ ਫੈਬੀਕੂਲ ਹੋਊਗਾ ਮੈਨੂੰ ਬਹੁਤ ਆਹ ਆਉਂਦੇ ਨੇ ਮੈਸੇਜ ਤੂੰ ਫੈਬੀਕੂਲ ਕੋ ਕਪੋਨਰ ਡੱਕੇ ਨਾਲ ਤੂੰ ਸਿਮਿੰਟ ਪਾਉਣੇ ਘੋਲ ਕੇ ਮਹਾਨੀ ਤੁਹਾਡੇ ਅੱਖਾਂ ਦੇ ਸਾਹਮਣੇ ਡੱਕਾ ਪਾਉਂ ਰੇਤਾ ਪਾਉਂ ਤੁਸੀਂ ਬਿੱਲੀ ਕਰ ਦੂ ਮੋ ਤਾਂ ਜੇ ਕੁਝ ਨਿਕਲੇ ਜੇ ਕੁਝ ਨਿਕਲੇ ਉਹ ਬੋਤਲ ਚ ਮੈਂ 2000 ਰੁਪਏ ਦੇਵਾਂਗਾ ਭਾਈ ਤੇ ਬਾਈ ਜਿਵੇਂ ਗੱਲ ਕਰਾਂ ਤੁਹਾਡੇ ਨਾਲ ਕਿ ਇਹ ਤਜਰਬਾ ਸਿੱਖੇ ਨੂੰ ਇਹ ਕਲਾ ਸਿੱਖੇ ਨੂੰ ਕਿੰਨਾ ਸਮਾਂ ਹੋ ਗਿਆ ਆ ਲਾ ਲਓ ਜੀ ਟੋਲਾ ਫੈਕਟਰੀ ਦੀ ਕਰੋਨੇ ਉਪੱਟੀ ਗਈ ਹੈ ਉਦੋਂ ਦੀ ਹੈ ਉਦੋਂ ਤਾਂ ਜਵਾਨ ਹੁੰਦੇ ਹੋ ਹਾਂ ਗੱਭਰੂ ਜਾਨ ਸੀ ਉਦੋਂ ਆ ਮੁੰਡੇ ਵਰਗਾ ਸੀਗਾ ਸਰੀਰ ਜਿਹੜਾ ਉਹ ਖੜਾ ਸੀ ਸੰਗੀਤ ਤੇ ਬਾਈ ਇਹ ਗੁਣ ਅੱਗੇ ਵੀ ਕਿਸੇ ਨੂੰ ਦਿਓਗੇ ਜਾਂ ਆਪਣੇ ਤੱਕ ਹੀ ਸੀਮਤ ਰੱਖੋਗੇ ਕਿਉਂਕਿ ਹੋ ਸਕਦਾ ਹੈ ਹਜੇ ਗੁਣ ਨਹੀਂ ਇਹ ਦਿੰਦਾ ਜੀ ਮੈਂ ਇਹ ਗੁਣ ਦਿੱਤਾ ਮੇਰੇ ਪੱਲੇ ਕੀ ਰਹਿ ਜੂਗਾ ਮੈਂ ਤਾਂ ਹਜੇ ਹੋਰ ਵੀ ਪਾਉਂਗਾ ਵੀਡੀਓ ਹਾਂ ਤੇ ਹੋਰ ਵੀ ਕਈ ਤਜਰਬੇ ਨੇ ਤੁਹਾਡੇ ਕੋਲ ਹਾਂ ਹੈਗੇ ਨੇ ਉਹ ਕਰੂੰਗਾ ਸੁਣ ਮੈਨੂੰ ਫੋਨ ਨੰਬਰ ਲੇ ਕੇ ਦੇਜੋ ਤੁਹਾਨੂੰ ਫੋਨ ਕਰ ਦੂੰਗਾ ਅੱਜ ਮੇਰੇ ਕੋਲ ਅੱਛਾ ਤੇ ਬਾਈ ਇਹ ਟ੍ਰੇਨਿੰਗ ਕਿੱਥੋਂ ਲੈਣੇ ਹੋ ਸਾਰੀ ਹੁਣ ਇੱਕ ਇਹ ਤਜਰਬਾ ਇੱਕ ਪਹਿਲਾ ਦਿਮਾਗ ਦੀ ਨਹੀਂ ਆ ਵੀਰੇ ਆ ਦਿਮਾਗ ਨਾਲ ਕੀਤਾ ਆ ਰੋੜਾ ਦਾ ਵੀ ਆਪਦੇ ਦਿਮਾਗ ਨਾਲ ਕੀਤਾ 15 ਦਿਨ ਕਰਦਾ ਰਿਹਾ ਡਿੱਗ ਪੈਂਦਾ ਸੀ ਫੇਰ ਚੱਕ ਲੈਂਦਾ ਸੀ ਫੇਰ ਡਿੱਗ ਪੈਂਦਾ ਸੀ 16ਵੇਂ ਦਿਨ ਰੋੜਾ ਟਿਕਿਆ ਸਲੂਟ ਅੱਛਾ 16ਵੇਂ ਦਿਨ ਰੋੜਾ ਟਿਕਿਆ ਸੀ ਉਹ ਤਾਂ ਕੋਈ ਮੋਬਾਈਲ ਨਾ ਛੋਟਾ ਨਾ ਵੱਡਾ ਮੋਬਾਈਲ ਵੀ ਟੱਚ ਵੀ ਚੱਲੇ ਨਹੀਂ ਸੀਗੇ ਹਾਂਜੀ ਭਾਈ ਇਹ ਬੋਤਲ ਦਾ ਕੋਈ ਖਾਸ ਹੁੰਦਾ ਕਿ ਬੋਤਲ ਹੀ ਖਾਸ ਹੁੰਦੀ ਹੈ ਕੋਈ ਬਣੀ ਹੋਈ ਜਾਂ ਕੋਈ ਵੀ ਆਮ ਬੋਤਲ ਕੰਚ ਦੀ ਲੈ ਦਿਓ ਮੈਨੂੰ ਤੁਸੀਂ ਆਪ ਲੈ ਆ ਦਿਓ ਕੰਚ ਦੀ ਬੋਤਲ ਖਾਲੀ ਹਾਂ ਆਪ ਲੈ ਆ ਸਕਦੇ ਮੈਨੂੰ ਬੋਤਲ ਲੈ ਆ ਦਿਓ ਢੱਕਾ ਆਪ ਲੈ ਆ ਦਿਓ ਇਹ ਜਿਹੜਾ ਢੱਕਾ ਹੋਵੇ ਸੁੱਕਾ ਢੱਕਾ ਨਾ ਹੋਵੇ ਜਮਾ ਸੁੱਕਾ ਟੁੱਟ ਜਾਂਦਾ ਉਹ ਵੀ ਠੀਕ ਹਾਂ ਜਾਨੀ ਗਿੱਲਾ ਢੱਕਾ ਹੋਣਾ ਚਾਹੀਦਾ ਹਾਂ ਹਾਂ ਥੋੜੀ ਜਿਹੀ ਗਿੱਲ ਹੋਵੇ ਢੱਕਾ ਜੋ ਟੁੱਟਦਾ ਨਹੀਂ ਸੁੱਕਾ ਟੁੱਟ ਜਾਂਦਾ ਇਹਦੇ ਪਲਾਸ ਪਾ ਲਓ ਇਹਦੀ ਸਾਈਡ ਤੇ ਇੱਕ ਬੰਦੇ ਨੇ ਬੋਤਲ ਫੜਾ ਦਿਓ ਢੱਕਾ ਨਹੀਂ ਟੱਟੇ ਜਾਊਗਾ ਥੋੜੇ ਸਾਹਮਣੇ ਟੀਰੀ ਕਰ ਦੇਣਾ ਰੇਤਾ ਸਾਰਾ ਜੇ ਕੁਝ ਵੀ ਨਿਕਲਿਆ ਆ ਆ ਖੜੇ ਨੇ ਮੂਤ ਪਾ ਕੇ ਦਾੜੀ ਮਨਾ ਦੂੰਗਾ ਹੋਰ ਦਾ ਦੁਬਾਰੇ ਦਾੜੀ ਆਈ ਹੈ ਭਈਆ ਸਾਰੇ ਪਿੰਡ ਦੇ ਨੂੰ ਪਤਾ ਹੈ ਝੜ ਗਏ ਸੀ ਸਾਰੇ ਵਾਲ ਮੇਰੇ ਜੇਲ੍ਹ ਚ ਦਵਾਈ ਰੈਕਸ਼ਨ ਕਰ ਗਈ ਸੀ ਦੁਬਾਰੇ ਇਹ ਤਪੇ ਤੇ ਆਈ ਹੈ ਮੇਰੇ ਸੋ ਬਾਈ ਹੋਰਾਂ ਦੇ ਪਿੰਡ ਦੇ ਇੱਕ ਨੌਜਵਾਨ ਮੇਰੇ ਨਾਲ ਖੜਾ ਹੈ ਇਹੀ ਪਿੰਡ ਦੇ ਹਾਂਜੀ ਹਾਂ ਬਾਈ ਬਹੁਤ ਵੱਡਾ ਕਰਦ ਵਿੱਡਾ ਹੈ ਜੋਸ਼ ਵੀ ਜੋਸ਼ੀਲੇ ਵੀ ਹੂੰ ਭਾਰਵਿਕ ਭਾਰ ਕਿੰਨਾ ਪਹਿਲਾਂ ਇਹ ਦੱਸੋ 75 ਕਿਲੋ ਹੈ 75 ਕਿਲੋ ਤੇ ਇਹ ਛੋਟੀ ਜੀ ਬੋਤਲ ਹੈ ਹਨਾ ਇਹਦਾ ਮਾਜਣਾ ਕੀ ਹੋਊਗਾ ਸੋਚਦੇ ਹੋ ਕਿ ਇਹ ਪੱਟ ਦੋਗੇ ਸੋਚਦਾ ਤਾਂ ਹੈਗਾ ਹੀ ਬਾਕੀ ਦੇਖੋ ਪੱਟਿਆ ਜਾਊ ਜਾਂ ਨਾ ਤੇ ਤਜਰਬਾ ਥੋੜਾ ਜਿਹਾ ਕਰਕੇ ਦਿਹਾ ਵੀਰ ਬਣ ਕੇ ਕਿ ਜਿੰਨਾ ਜ਼ੋਰ ਹੈ ਉਹ ਸਾਰਾ ਇਹ ਬੋਤਲ ਦੇ ਉੱਤੇ ਲਾ ਦਿਓ ਠੀਕ ਹੈ ਵੀਰੇ ਤੇ ਇਹ ਬੋਤਲ ਚੋਂ ਡੱਕਾ ਕੱਢਣਾ ਤੁਸੀਂ ਹਾਂ ਜ਼ੋਰ ਲਾਉ ਮੈਂ ਪੂਰਾ ਹਾਂ ਕੱਢੋ ਠੀਕ ਮੈਂ ਆਪਣੇ ਆਪ ਨੂੰ ਪੂਰਾ ਫੋਲ ਜ਼ੋਰ ਲਾਤਾ ਪਰ ਡੱਕਾ ਨਹੀਂ ਨਿਕ ਰਿਹਾ ਨੀ ਨਿਕਲੇ ਨਹੀਂ ਪਟਿਆ ਜਾ ਰਿਹਾ ਭਾਈ ਆਇਓ ਇੱਕ ਮਿੰਟ ਆ ਬੋਤਲ ਚ ਡੱਕਾ ਪਟਕੇ ਦਿਖਾ ਦਿਓ ਠੀਕ ਹੈ ਵੀਰੇ ਪੂਰਾ ਜੋਰ ਲਾਉਣਾ ਉਹਦਾ ਹਾਂ ਹਾਂ ਵੀਰੇ ਕਿੰਨਾ ਕੇ ਜੋਰ ਲਾਇਆ ਪੂਰਾ ਲਾਇਆ ਭਈਆ ਦੇਖ ਲੈ ਬਿਲਕੁਲ ਵੀ ਲੱਗੀ ਵੀ ਆ ਆ ਆ ਦੇਖ ਲਓ ਤੇ ਪਰ ਡੱਕਾ ਨਹੀਂ ਪਟਿਆ ਗਿਆ ਪਤਾ ਨਹੀਂ ਭਾਈ ਕੀ ਤਜਰਬਾ ਕਰਦਾ ਖਾਸ ਵੈਸੇ ਵੀ ਪਟਕੇ ਦੇਖਦੇ ਆ ਨਾ ਬਾਈ ਇਹ ਨਹੀਂ ਪਟਿਆ ਜਾ ਰਿਹਾ ਬਾਈ ਆਇਓ ਆਇਓ ਇੱਕ ਮਿੰਟ ਬਾਈ ਆ ਪੱਟੇ ਇੱਕ ਮਿੰਟ ਤੁਸੀਂ ਵੀਰੇ ਨਹੀਂ ਪੱਟੀ ਦਾ ਮੈਂ ਬੋਤਲ ਖਾਲੀ ਕਰਕੇ ਵੀ ਦਿਖਾ ਦੂਗਾ ਇਹ ਪੱਤਰਕਾਰ ਵੀਰੇ ਆਏ ਨੇ ਪਰਸੋਂ ਤੱਕ ਦਾ ਇਹਨਾਂ ਨੇ ਮੇਰਾ ਵਾਦਾ ਦਿੱਤਾ ਹੋਇਆ ਸੀ ਨਹੀਂ ਪਟਿਆ ਜਾਂਦਾ ਨਹੀਂ ਪਟਿਆ ਜਾ ਰਿਹਾ ਨਹੀਂ ਪਟਿਆ ਜਾ ਰਿਹਾ ਇਹ ਤਸਵੀਰ ਆ ਆ ਬਾਈ ਹੋਰਾਂ ਨਾਲ ਗੱਲਬਾਤ ਕਰ ਲੈਣੇ ਬਾਈ ਤੁਸੀਂ ਇਹਨਾਂ ਤੋਂ ਵੱਡੇਵੇਂ ਛੋਟੇ ਮੈਂ ਇਹ ਤੋਂ ਵੱਡਾ ਜੀ ਚਾ ਤੇ ਇਹਨਾਂ ਦਾ ਤਜਰਬਾ ਦੇਖਿਆ ਤੁਸੀਂ ਅਸੀਂ ਬਹੁਤ ਜ਼ਿਆਦਾ ਦੇਖਿਆ ਜੀ ਅਸੀਂ ਕਿ ਖੇਤ ਚੋਂ ਨਾ ਲਉਂਦੀ ਇਹ ਬੱਟਾਂ ਪੋਚਣ ਗਿਆ ਸੀ ਅਸੀਂ ਆਖਿਆ ਵੀ ਭੋਲੇ ਤਜਰਬਾ ਕਰਕੇ ਦਿਖਾ ਅਸੀਂ ਪੰਜ ਛੇ ਬੰਦੇ ਦੀਗੇ ਤੇ ਪੂਰਾ ਮੁੰਡਿਆਂ ਨੇ ਸਾਰਿਆਂ ਨੇ ਜੋਰ ਲਾ ਲਿਆ ਪੱਟਿਆ ਨਹੀਂ ਹੱਥ ਸੂਤੇ ਜਾਇਆ ਕਰਨ ਬੋਤਲ ਜੋ ਖੇਤੋਂ ਹੀ ਰੇਤਾ ਪਾਇਆ ਸੀ ਨੇ ਸਾਡੇ ਕੋਲੋਂ ਹੀ ਕੰਚ ਦੀ ਬੋਤਲ ਪਈ ਸਾਡੇ ਕੋਲ ਬੀਅਰ ਵਾਲੀ ਅਸੀਂ ਉਹ ਦਾ ਉੱਤੋਂ ਭੰਨ ਲਿਆਤੀ ਜਗਾੜ ਜਾ ਵਿੱਚ ਪਾ ਲਿਆ ਡਾਟਾ ਆ ਬ ਧੱਕਾ ਪਾ ਲਿਆ ਨੇ ਤੋੜ ਕੇ ਗਿੱਲਾ ਕਾ ਪਰੇਸ਼ਾਨ ਕਰਕੇ ਰੇਤਾ ਪਾਇਆ ਹੋਰ ਇਹਨੇ ਕੁਝ ਨਹੀਂ ਪਾਇਆ ਪਾ ਕੇ ਅਸੀਂ ਜੋਰ ਲਾਇਆ ਗਿਆ ਸਭ ਤੋਂ ਪੱਟਿਆ ਨਹੀਂ ਗਿਆ ਫਿਰ ਇਹਨੇ ਟਾਲਾ ਤਜਰਬਾ ਕਰਿਆ ਪੌਣੀ ਇੱਟ ਲੈ ਕੇ ਹੱਥ ਤੇ ਕੋਈ ਖੇਤ ਤੇ ਅਸੀਂ ਗਾਏ ਪਾਣੀ ਲਾਉਂਦੀ ਕੋਈ ਇਹਨੇ ਹੋ ਨਹੀਂ ਕਰਿਆ ਮਤਲਬ ਜਾਂ ਕੋਈ ਚੀਜ਼ ਲਾ ਲਈ ਜਾਂ ਮਾਂ ਲਈ ਬਰੋਜਾ ਲਾ ਲਿਆ ਜਾਂ ਫੇਵੀਕੋਕ ਲਾ ਲਿਆ ਕੋਈ ਕਹਿੰਦੇ ਵੀ ਇੱਕ ਕਹਿੰਦੇ ਜਿਹਦੇ ਨਾਲ ਪਾਈਪ ਜੋੜਦੇ ਹੁੰਦੇ ਆ ਉਹ ਪੇਸਟ ਹੈ ਨਾ ਕੋਈ ਚੀਜ਼ ਨਹੀਂ ਜੀ ਪਾਈਪ ਜੋੜਨ ਵਾਲੀ ਅਸੀਂ ਗੁਰੂਗ੍ਰਾਮ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਆ ਵੀ ਇਹ ਬੰਦਾ ਕੋਈ ਇਹਦਾ ਤਜਰਬਾ ਨਹੀਂ ਕਰਦਾ ਵੀ ਜਾਂ ਫੈਵੀ ਕੁੱਕ ਪਾਉਂਦਾ ਹੋਵੇ ਇਹ ਹੱਥ ਦੀ ਸਪਾਈ ਹੈ ਜਾਂ ਬੋਤਲ ਥੱਲੇ ਕੋਈ ਚੀਜ਼ ਪਾਉਂਦਾ ਹੋਵੇ ਜਾਂ ਥੱਲੇ ਉਹ ਬੜਾ ਮੋਟਾ ਢੱਕਾ ਹੋਵੇ ਉੱਤੋਂ ਫਰੀਕ ਹੋਵੇ ਸਾਫ਼ ਇੱਕੋ ਜਾਂ ਤੁਰਤ ਹੀ ਢੱਕਾ ਹੋਊਗਾ ਜਿਹਹਾ ਜਿਹਾ ਪਾਇਆ ਤੇ ਭਾਈ ਇਹਨੂੰ ਖਾਲੀ ਕਰਕੇ ਦਿਖਾਵੇ ਵਿੱਚ ਇੱਕ ਵਾਰ ਦਰਸ਼ਕਾਂ ਨੂੰ ਦਿਖਾ ਦਿਓ ਕਿ ਇਹਦੇ ਵਿੱਚ ਹੈ ਕੀ ਆ ਖਾਲੀ ਕਰਕੇ ਦਿਖਾ ਦਿਨੇ ਵੀਰੋ ਜੇ ਕਿਸੇ ਨੂੰ ਕੁਝ ਹੈਗਾ ਤਾਂ ਸਾਨੂੰ ਕੈਮਰੇ 'ਚ ਆ ਜੂਗੀ ਦਿਖਾਓ ਜੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਾਈ ਹੋਰੀ ਹੁਣ ਬੋਤਲ ਖਾਲੀ ਕਰਕੇ ਦਿਖਾ ਰਹੀ ਹੈ ਕਈਆਂ ਦੇ ਅੰਦਰ ਵਹਿਮ ਹੋਊਗਾ bande ਕਿ ਬੋਤਲ ਚੋਂ ਯਾਰ ਕੁਝ ਪੇਸਟ ਹੋਊਗਾ ਜਾਂ ਕੁਝ ਹੋਰ ਹੋਊਗਾ ਪਰ ਸਿਰਫ ਔਰ ਸਿਰਫ ਰੀਤਾ ਨਿਕਲ ਰਿਹਾ ਤਸਵੀਰਾਂ ਦੇਖੀ ਜੇਗਾ ਅ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਬਾਈ ਹੋਰੀ ਬੋਤਲ ਚੋਂ ਮਿੱਟੀ ਕਾ ਡ್ರೆਸਰ ਫॉर ਸਿਰਫ ਮਿੱਟੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਬਾਈ ਹੁਰੀ ਸੋ ਰੇਤਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤੇ ਰੇਤਾ ਨਿਕਲੂਗਾ ਸਰ ਫਰ ਸਿਰਫ ਬੋਤਲ ਦੇ ਵਿੱਚੋਂ ਬਾਈ ਇਹ ਰੇਤਾ ਆਮ ਹੈ ਆਮ ਰੇਤਾ ਜੀ ਆਮ ਰੇਤਾ ਇਹ ਤਸਵੀਰਾਂ ਦੇ ਵਿੱਚ ਹੁਣ ਤਸੱਲੀ ਕਰ ਸਕਦੇ ਹੋ ਆਪਣੇ ਇਹ ਰੇਤਾ ਹੈ ਹੁਣ ਤੇ ਤਸਵੀਰਾਂ ਜ਼ਰੂਰ ਦੇਖੀ ਜਾਏ ਸੋ ਇਹ ਉਹ ਰੇਤਾ ਸੀ ਜਿਹੜਾ ਬੋਤਲ ਦੇ ਵਿੱਚ ਸੀ ਤੇ ਇਹ ਉਹ ਢੱਕਾ ਸੀ ਦੇਖ ਸਕਦੇ ਹੋ ਕਿ ਥੱਲੇ ਵੀ ਕੁਝ ਨਹੀਂ ਇਹ ਢੱਕੇ ਦੇ ਲੱਗਿਆ ਹੋਇਆ ਤੇ ਆਹ ਢੱਕਾ ਸੀ ਉਹ ਤੇ ਆਹ ਉਹ ਬੋਤਲ ਸੀ ਬੋਤਲ ਦੇ ਵਿੱਚ ਵੀ ਕੁਝ ਨਹੀਂ ਇੱਕ ਸਾਫ ਉਹ ਤਾਂ ਇਹ ਹੱਥ ਦੀ ਸਫਾਈ ਹੈ ਸਿਰਫ ਔਰ ਸਿਰਫ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰਾ ਹਾਲ ਅਸੀਂ ਦੱਸਦਾ ਸੁ ਦਰਸ਼ਕੋ ਇਹ ਬਾਈ ਭੂਲਾ ਸਿੰਘ ਸੀ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਤੋਂ ਇਹ ਖਾਸ ਤਜਰਬੇ ਇਹਨਾਂ ਕੋਲੇ ਨੇ ਅਗਲੀ ਵਾਰ ਇੱਕ ਹੋਰ ਕੋਈ ਖਾਸ ਵੀਡੀਓ ਇਹਨਾਂ ਨਾਲ ਹੀ ਲੈ ਕੇ ਆਵਾਂਗੇ ਜਿਹੜੇ ਇਹਨਾਂ ਦੇ ਖਾਸ ਤਜਰਬੇ ਹੋਣਗੇ ਕੁਝ ਨਵੇਂ ਤਜਰਬੇ ਹੋਣਗੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਸਵੀਰਾਂ ਦੇ ਵਿੱਚ ਫੇਰ ਜਾਂਦੇ ਜਾਂਦੇ ਬੋਤਲ ਦਿਖਾਉਣਾ ਚਾਹੁੰਗਾ ਕਿ ਬੋਤਲ ਹੈ ਬੋਤਲ ਦੇ ਵਿੱਚ ਸਿਰਫ ਔਰ ਸਿਰਫ ਰਿੱਤਾ ਹੈ ਤੇ ਮੈਂ ਦਿਖਾ ਰਿਹਾ ਕਿ ਲੱਤਾਂ ਦੇ ਵਿੱਚ ਮੈਂ ਹੁਣ ਪੈਰਾਂ ਦੇ ਵਿੱਚ ਬੋਤਲ ਲਈ ਹੈ ਤੇ ਹੁਣ ਢੱਕਾ ਪਟਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬੋਤਲ ਚੋਂ ਢੱਕਾ ਫੇਰ ਵੀ ਨਹੀਂ ਨਿਕਲ ਰਿਹਾ ਇਹ ਬਾਈ ਹੋਰਾਂ ਦਾ ਖਾਸ ਤਜਰਬਾ ਹੈ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ ਜੁੜੇ ਰਹੋ ਖ਼ਬਰੀ ਢਾਕਿਆ ਦੇ ਨਾਲ ਮੈਨੂੰ ਮੈਨੂੰ ਪ੍ਰੋਫੀਸ਼ਨ ਤੇ ਇਜਾਜ਼ਤ ਧੰਨਵਾਦ